ਅਮਨਦੀਪ ਕੌਰ ਦੋਗੇ ਤੇ ਕੀ ਹੋਇਆ ਪੂਰਾ ਮਾਮਲਾ ਕੀ ਹੈ? ਅਸੀਂ ਆਨੰਦਪੁਰ ਸਾਹਿਬ ਜਾਂਦੇ ਹਾਂ ਤੇ ਮਗਰੋਂ ਦੋ ਮੁੰਡੇ ਆਏ ਮੋਟਰਸਾਈਕਲ ਤੇ ਹੌਲੀ ਹੌਲੀ ਜੇ ਇੱਕ ਜੱਜ ਇੱਕ ਹੀਰਾ ਮਗਰ ਗੱਡੀ ਤੇ ਆਉਣ ਦਿਆ ਸੀਗਾ। ਹੀਰਾ ਵੀ ਦੋ ਕਹਿੰਦਾ ਸਾਡਾ ਗਵਾਂਢੀ ਸਾਹਮਣੇ ਰਹਿੰਦਾ ਆ ਤੇ ਉਹਦੀ ਮੰਮੀ ਨਾਲ ਚਿੰਦੀ ਤੇ ਹੀਰਾ ਮਗਰ ਗੱਡੀ ਨੇ ਖੁਦ ਵੇਖਿਆ ਆਪਣੀ ਅੱਖੀ। ਦੋ ਮੁੰਡੇ ਆਏ ਤੇ ਉਹਨਾਂ ਦੇ ਤਿੰਨ ਗੋਲੀਆਂ ਲੱਗ ਗਏ ਆ ਤੇ ਉਸ ਤੋਂ ਬਾਅਦ ਹਸਪਿਟਲ ਲੈ ਕੇ ਉਹਨਾਂ ਦੀ ਡੈਥ ਹੋ ਗਈ। ਉਹ ਨਹੀਂ ਹੈਗੇ ਕੋਈ ਪੁਰਾਣੀ ਲੜਾਈ ਸੀ? ਹਾਂਜੀ ਹੈਗੀ ਸੀ, ਲੜਦੇ ਸੀਗੇ ਕੁਝ ਪੁਰਾਣਾ ਲੜਾਈ ਝਗੜਾ ਹੈਗਾ ਸੀਗਾ। ਉਹਨਾਂ ਦਾ ਮੁੰਡਾ ਮਰਿਆ ਸੀ ਐਕਸੀਡੈਂਟ ਨਾਲ, ਉਹਨਾਂ ਦੀ ਬਕਾਇਦਾ ਗੱਡੀ 'ਚ ਰਿਕਾਰਡਿੰਗ ਵੀ ਹੈਗੀ ਆ। ਤੇ ਜਿੰਨਾਂ ਵਾਲੇ ਗੋਲੀਆਂ ਚਲੇ ਉਹ ਕਿੰਨੇ ਜਣੇ ਆਏ ਸੀ? ਉਹ ਦੋ ਜਣੇ ਮੁੰਡੇ ਸੀ, ਹਾਂਜੀ ਮੋਟਰਸਾਈਕਲ ਤੇ ਸੀ ਤੇ ਜਿਹੜਾ ਹੀਰਾ ਸੀ ਉਹ ਇਕੱਲਾ ਗੱਡੀ ਦੇ ਮਗਰ ਆਇਆ ਸੀਗਾ। ਤਿੰਨ ਗੋਲੀਆਂ, ਤਿੰਨੇ ਲੱਗੀਆਂ ਆ। ਜਦੋਂ ਗੋਲੀ ਚੱਲੀ ਆ ਤੇ ਹੀਰਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਬਾਹਰ ਹੋ ਗਿਆ ਮੁੜ ਕੇ? ਉਹ ਗੱਡੀ ਦੇ ਮਗਰ ਆਉਣ ਦਿਆ ਸੀਗਾ, ਉਸ ਤੋਂ ਬਾਅਦ ਗਾਣਾ ਇਹ ਨਹੀਂ ਵੇਖਿਆ ਉਸ ਤੋਂ ਬਾਅਦ ਕਿੱਧਰ ਚਲੇ ਗਏ ਆ ਕਿਉਂਕਿ ਟਰਾਲੀ ਸਾਈਡ ਤੇ ਹੋ ਗਈ ਸੀ, ਉਹ ਮਸਾਂ ਕੰਟਰੋਲ ਕੀਤੀ ਉਹਨਾਂ ਨੇ ਸਾਈਡ ਵਾਲੇ ਮੁੰਡਿਆਂ ਨੇ। ਹਾਂਜੀ ਆਨੰਦਪੁਰ ਸਾਹਿਬ ਜਾਂਦੇ ਸੀਗੇ। ਤੇ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਉਹਨਾਂ ਦੇ ਪਰਚਾ ਕਰਨਾ ਹੈ ਤੇ ਉਹਨਾਂ ਮਾਂ ਪੁੱਤਾਂ ਤੇ ਉਹਨਾਂ ਦਾ ਹੀ ਹੱਥ ਹੈ ਪੂਰਾ। ਹੀਰਾ ਹੀਰੇ ਨੇ ਮਰਵਾਇਆ ਹੈ ਉਹਨੂੰ, ਉਹ ਮੂੰਹ ਮੂੰਹਾਂ ਦੇ ਹੁੰਦੇ ਸੀ ਅਸੀਂ ਇਹਨੂੰ ਮਾਰਨਾ ਹੈ ਇਹਦੇ ਮਗਰ ਲੱਗੇ ਸੀਗੇ ਬੜੇ ਚਿਰ ਦੇ। ਉਹਨਾਂ ਨੂੰ ਪਤਾ ਸੀ ਅਸੀਂ ਆਨੰਦਪੁਰ ਸਾਹਿਬ ਜਾਣਾ ਆ ਤੇ ਉਸ ਰਾਤ ਦਾ ਉਹਨਾਂ ਨੂੰ ਪਤਾ ਸੀ ਤੇ ਸਵੇਰੇ ਉਹਨਾਂ ਨੇ ਆਹ ਕੰਮ ਕੀਤਾ ਆ ਤੇ ਪਲੀਜ਼ ਉਹਨਾਂ ਨੂੰ ਇਨਸਾਫ ਚਾਹੀਦਾ, ਉਹਨਾਂ ਦੇ ਪਰਚਾ ਹੋਣਾ ਚਾਹੀਦਾ ਦੋਵਾਂ ਮਾਂ ਪੁੱਤਾਂ ਦੇ। ਗੈਂਗਸਟਰ ਨਾਲ ਸੰਬੰਧ ਹੈ? ਉਹਨਾਂ ਦਾ ਚੈਨ ਹੋ ਵੀ ਸਕਦਾ ਆ, ਇਹ ਤਾਂ ਤੁਸੀਂ ਹੁਣ ਕਾਰਵਾਈ ਕਰੋਗੇ ਤੇ ਫਿਰ ਹੀ ਪਤਾ ਲੱਗਣਾ ਆ। ਉਹਨਾਂ ਨੂੰ ਨਜਾਇਜ਼ ਮਾਰਿਆ ਗਿਆ ਆ, ਉਹਨਾਂ ਨੂੰ ਤਾਂ ਕਿਸੇ ਚੀਜ਼ 'ਚ ਕੋਈ ਹੱਥ ਨਹੀਂ ਸੀ। ਖੇਤੀਬਾੜੀ ਦਾ ਕੰਮ ਕਰਦੇ? ਹਾਂਜੀ ਖੇਤੀਬਾੜੀ ਦਾ ਵਾਈ। ਥਾਣਾ ਕਰਿੰਡਾ, ਇਹਨਾਂ ਦੀ ਆਪਸ ਚ ਪਿੰਡ ਚ ਕੋਈ ਟੱਸਰਬਾਜੀ, ਆਪਸ ਚ ਜ਼ਮੀਨ ਤੋਂ ਝਗੜਾ ਚੱਲਦਾ ਆ। ਇਹ ਅੱਜ ਜਾ ਰਹੇ ਸੀਗੇ ਮੱਥਾ ਟੇਕਣ ਟਰਾਲੀ ਦੇ ਤੇ ਟਰੈਕਟਰ ਤੇ ਇਹਦੇ ਪਿੱਛੋਂ ਗੋਲੀਆਂ ਮਾਰੀਆਂ। ਬਾਕੀ ਆਪਾਂ ਤਫ਼ਤੀਸ਼ ਕਰ ਰਹੇ ਹਾਂ ਆਪਣਾ ਬੰਡਾਲੇ ਪਿੰਡ ਦੇ ਕੋਲ। ਚਾਰ ਗੋਲੀਆਂ, ਬਸ ਜਲਦੀ ਯਾਰ ਅਸੀਂ ਮੁਕਦਮਾ ਦਰਜ ਕਰਕੇ ਤਫ਼ਤੀਸ਼ ਕਰ ਰਹੇ ਹਾਂ, ਜੋ ਵੀ ਇਫੈਕਟ ਆਉਣਗੇ ਤੁਹਾਨੂੰ ਦੱਸਿਆ। ਹਾਲਾਤ ਕਿੱਦਾਂ ਦੇ ਆ? ਦੇਖ ਰਹੇ ਅਸੀਂ ਸਾਰਾ।